ਇਥੇ ਕੋਈ ਸਮਾਰਟ ਸਿਟੀ ਜਲੰਧਰ ਤੋਂ ਨਿਕਲ ਕੇ ਆਏ ਹੋਗੇ ਤੁਹਾਨੂੰ ਲੱਗਦਾ ਇਥੇ ਕੋਈ ਸਮਾਰਟਨੈਸ ਆਈ ਹੈ ਜਿਹੜਾ ਪਿਛਲਾ ਪੈਸਾ ਜੇ ਤੁਸੀਂ ਕਹਿੰਦੇ ਉਹਦੇ ਜਿਹੜਾ ਆਇਆ ਉਹ ਕਿੱਥੇ ਗਿਆ ਸਾਰੀ ਖੁਰਦ-ਬੁਰਦ ਹੋਇਆ ਜਾਂ ਲੱਗਿਆ ਰਿਨਕੁਆਰੀ ਵੀ ਹੋਈ ਕਿ ਹੈ ਜੀ ਇਥੇ ਤੇ 900 ਕਰੋੜ ਇੱਕ ਸ਼ਹਿਰ ਵਾਸਤੇ ਛੋਟਾ ਨਹੀਂ ਹੁੰਦਾ ਬੜੀ amount ਨਹੀਂ ਹੁੰਦੀ ਪਰ ਲੋਕ ਪੁੱਛਦੇ ਨੇ ਕਿ 900 ਕਰੋੜ ਕਿੱਥੇ ਗਿਆ ਕਿੱਥੇ ਲਾਇਆ ਚਲੋ 9 ਮਹੀਨੇ ਦੇ ਦਿਓ ਅਸੀਂ 9 ਮਹੀਨੇ ਜ਼ਿਲੰਧਰ ਦੀ ਨੁਹਾਰ ਬਦਲ ਦਿਆਂ ਔਰ ਉਹਦੇ ਬਾਅਦ 2024 ਇਹ ਫੈਸਲਾ ਤੁਸੀਂ ਉਸੇ ਤੋਂ ਕਰਵਾ ਚੋ ਤੁਸੀਂ ਦੁਬਾਰਾ ਕਰ ਲੈਣਾ ਸਸ਼ੀਗਤ ਦੇਖ ਰਹੇ ਫੈਕਟ ਨਿਊਜ਼ ਮੈਂ ਤੁਹਾਡਾ ਅਨੰਦ ਜਸਪੀ ਸਿੰਘ ਅਸ਼ਕ ਜ਼ਿਲੰਦਰ ਜਿਮਨੀ ਚੌਣ ਪਲਕੇ ਹੀ ਹੋਣ ਜਾ ਰਹੀ ਹੈ ਹਰ ਪਾਰਟੀ ਵੱਲੋਂ ਜੋ ਜੋ ਮਾਸ਼ੀ ਕਰੀ ਜਾ ਰਹੀ ਹੈ ਆਪ ਕੋ ਆਪਣਾ ਦਾਵਾ ਪੇਸ਼ ਕੀਤਾ ਜਾ ਰਿਹਾ ਜੇਕਰ ਗੱਲ ਬੀਜੇਪੀ ਦੀ ਕੀਤੀ ਜਾਵੇ ਕਿਉਂਕਿ ਬੀਜੇਪੀ ਕੋਲ ਇਹ ਇੱਕ ਜਿਹੜਾ ਚਾਂਸ ਹੈ ਕਿ ਇੱਥੇ ਇਸ ਸੀਟ ਉੱਤੇ ਕਾਬਜ ਹੋਣ ਤੇ ਪੰਜਾਬ ਵਾਸੀਆਂ ਨੂੰ ਇੱਕ ਚੰਗਾ ਮੈਸੇਜ ਦੇਣ ਸਾਡੇ ਨਾਲ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਅਨਿਲ ਸ੍ਰੀਨਜੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ੍ਰੀਨਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤਦ ਕਿ ਇਸ ਤਰੀਕੇ ਨਾਲ ਦੇਖ ਰਹੇ ਹੋ ਇਸ ਇਲੈਕਸ਼ਨ ਨੂੰ ਕਿਉਂਕਿ ਭਾਜਪਾ ਜਿਹੜੀ ਹੈ ਇੰਡੀਪੈਂਡੈਂਟ ਪ੍ਰੋਪਰਲੀ ਤੌਰ ਤੇ ਹੁਣ ਐਮਪੀ ਦੇ ਇਲੈਕਸ਼ਨ ਦੇ ਵਿੱਚ ਇੱਥੇ ਅੱਜ ਆਪਣੀ ਕਿਸਮਤ ਲਿਖ ਮਾਰੀ ਮੈਂ ਸਮਝਦਾ ਕਿ 10 ਤਰੀਕ ਨੂੰ ਪੰਜਾਬ ਦਾ ਇੱਕ ਨਵਾਂ ਇਤਿਹਾਸ ਲਿਖਿਆ ਜਾਣ ਜਾ ਰਿਹਾ ਹੈ ਜਲੰਧਰ ਦੇ ਵੋਟਰਾਂ ਨੇ ਮਨ ਬਣਾ ਲਿਆ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ ਜਾਵਾਂਗੇ ਔਰ ਜਲੰਧਰ ਦੀ ਜਿਹੜੀ ਦਿਸ਼ਾ ਹੈਗੀ ਹੈ ਔਰ ਦਸ਼ਾ ਜੋ ਹੈਗੀ ਹੈ ਉਹਦੇ ਚ ਅਸੀਂ ਇੱਕ ਪਰਿਵਰਤਨ ਲਿਆਵਾਂਗੇ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਇਥੇ ਚੋਣ ਪ੍ਰਚਾਰ ਚ ਲੱਗੇ ਆਂ ਔਰ ਹਰ ਰੋਜ਼ ਜਿਸ ਤਰੀਕੇ ਦੇ ਨਾਲ ਪਰਵਾ ਹੁੰਗਾਰਾ ਸਾਨੂੰ ਮਿਲ ਰਿਹਾ ਚਾਹੇ ਪਿੰਡਾਂ ਦਾ ਖੇਤਰ ਹੋਵੇ ਚਾਹੇ ਸ਼ਹਿਰੀ ਖੇਤਰ ਹੋਵੇ ਚਾਹੇ ਇੰਡਸਟਰੀ ਹੋਵੇ ਵਪਾਰੀ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਗਰੀਬ ਹੋਵੇ ਹਰ ਵਰਗ ਦਾ ਇੱਕ ਪਾਰੀ ਹੁੰਗਾਰਾ ਜਿਹੜਾ ਹੈਗਾ ਭਾਰਤ ਜਨਤਾ ਪਾਰਟੀ ਨੂੰ ਮਿਲ ਰਿਹਾ ਹੈ ਔਰ ਮੈਂ ਸਮਝਦਾ ਕਿ 10 ਤਰੀਕ ਨੂੰ ਜਿਹੜੇ ਵੋਟਾਂ ਪੈਣਗੀਆਂ ਕਮਲ ਦੇ ਬਟਨ ਤੇ ਉੱਤੇ ਲੋਕ ਬਟਨ ਦੁਬਾਨ ਗਏ ਔਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਦੇ ਨਾਲ ਵਿਜੇਕ ਬਣਾ ਲਿਆ ਕੀ ਮੁੱਦਾ ਹੈਗਾ ਜਿਹੜਾ ਖਾਸ ਕਰਕੇ ਪਾਰਟੀ ਵੱਲੋਂ ਬਾਰਾ ਜਾ ਰਿਹਾ ਹੈ ਜਾਂ ਇਹਨਾਂ ਨੂੰ ਲੈ ਕੇ ਲੋਕਾਂ ਚ ਜਾਇਆ ਜਾਏ ਦੇਖੋ ਪਿਛਲੇ ਬਹੁਤ ਲੰਬੇ ਸਮੇਂ ਤੋਂ ਇੱਥੇ ਕਾਂਗਰਸ ਦੇ ਮੈਂਬਰ ਆਫ ਪਾਰਲੀਮੈਂਟ ਰਹੇ ਨੇ ਔਰ ਰਕਪਗੜ 900 ਕਰੋੜ ਰੁਪਏ ਦੇ ਕਰੀਬ ਜਿਹੜਾ ਹੈਗਾ 스마트 ਸਿਟੀ ਦੇ ਵਿੱਚ ਕੇਂਦਰ ਵੱਲੋਂ ਪੈਸਾ ਆਇਆ ਤੁਸੀਂ ਵੀ ਜਨਦਰ ਚੋਂ ਨਿਕਲ ਕੇ ਆਏ ਹੋਵੋਗੇ ਤੁਹਾਨੂੰ ਲੱਗਦਾ ਇੱਥੇ ਕੋਈ ਸਮਾਰਟਨੈਸ ਆਈ ਹੈ ਉਹ ਪੈਸਾ ਕਿੱਥੇ ਆ ਕਿੱਥੇ ਲਾਇਆ ਇਸ ਚੀਜ਼ ਨੂੰ ਮੋਨੀਟਰ ਕਰਨਾ ਇੱਥੇ ਦੇ ਸੰਸ ਜਿਹੜਾ ਮੋਨੀਟਰਿੰਗ ਕਮੇਟੀ ਜਿਹੜਾ ਸੈਂਟਰ ਦੇ ਕੋਈ ਵੀ ਪੈਸੇ ਆਉਂਦੇ ਨੇ ਉਸ ਮੈਂਬਰ ਆਫ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਨੂੰ ਸਕਰੀਨਿੰਗ ਕਰਨਾ ਉਹਦੀ ਮੋਨੀਟਰਿੰਗ ਕਰਨਾ ਕੇਂਦਰ ਵੱਲੋਂ ਜਿੰਨਾ ਵੀ ਡਿਵੈਲਪਮੈਂਟ ਦਾ ਪੈਸਾ ਆਇਆ ਖੁਰਦਪੁਰਦ ਹੋ ਗਿਆ ਕਿੱਥੇ ਗਿਆ ਕਿੱਥੇ ਨਹੀਂ ਲੱਗਿਆ ਇਹਦੀ ਜਾਣਕਾਰੀ ਇਸੇ ਮੈਂਬਰ ਆਫ ਪਾਰਲੀਮੈਂਟ ਨੂੰ ਹੋਣੀ ਚਾਹੀਦੀ ਸੀ ਔਰ ਕਾਂਗਰਸ ਨੇ ਸਨ ਹਾਈ ਤੱਕ ਉਹਨਾਂ ਨੇ ਸਰਦਕੁਸ਼ੇ ਸੈ ਦਿਖਿਆ ਨਹੀਂਗਾ ਸੋ ਜੇ ਇਸ ਕਰਕੇ ਕਿ ਭਾਰਤੀ ਜਨਤਾ ਪਾਰਟੀ ਦਾ ਜੇ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਜਾਏਗਾ ਤੇ ਕੇਂਦਰ ਵੱਲੋਂ ਜਿਹੜਾ ਡਵੈਲਪਮੈਂਟ ਵਾਸਤੇ ਪਰਵਾ ਹੰਗਾਰਾ ਔਰ ਪੈਸਾ ਮਿਲ ਰਿਹਾ ਹੈ ਜਨੰਦਰ ਸ਼ਹਿਰ ਨੂੰ ਉਹ ਸਹੀ ਥਾਂ ਲੱਗੇਗਾ ਔਰ ਇੱਕ ਚੌਕੀਦਾਰ ਦੀ ਭੂਮਿਕਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਉਹਦੀ ਚੌਕੀਦਾਰੀ ਕਰੇਗਾ ਔਰ ਅਸੀਂ ਫਿਰ ਦੇਖੋ ਇਹ 9 ਮਹੀਨੇ ਦਾ ਚੋਣ ਹੈ ਅਸੀਂ ਜਲੰਧਰ ਦੇ ਵੋਟਰਾਂ ਨੂੰ ਇਹ ਅਪੀਲ ਕਰਦੇ ਆ ਸਾਨੂੰ ਇਹ 9 ਮਹੀਨੇ ਦੇ ਦਿਓ ਅਸੀਂ 9 ਮਹੀਨੇ ਜਲੰਧਰ ਦੀ ਨੁਹਾਰ ਬਦਲ ਦੇਾਂਗੇ ਔਰ ਉਹਦੇ ਬਾਅਦ 2024 ਇਹ ਫੈਸਲਾ ਤੁਸੀਂ ਉਸੇ 2024 ਵਿੱਚ ਦੁਬਾਰਾ ਕਰ ਲੈਣਾ ਲੇਕਿਨ ਅਸੀਂ ਇਹਨਾਂ ਤੋਂ ਯਕੀਨ ਦਿਲਾਣੇ ਆ ਸਾਨੂੰ ਮੌਕਾ ਦਿਓ ਅਸੀਂ 9 ਮਹੀਨੇ ਜਲੰਧਰ ਦੀ ਨੁਹਾਰ ਬਦਲਾਂਗੇ ਜਲੰਧਰ ਨੂੰ ਵਿਕਾਸ ਵੱਲ ਲੈ ਕੇ ਜਾਵਾਂਗੇ ਇਥੇ ਇਸ ਸਮੱਸਿਆ ਦਾ ਹੱਲ ਕਰਾਂਗੇ ਔਰ ਪੰਜਾਬ ਔਰ ਦੇਸ਼ ਦੀ ਤਰੱਕੀ ਦੇ ਵਿੱਚ ਜਲੰਧਰ ਵਾਲਿਆਂ ਦਾ ਯੋਗਦਾਨ ਚ ਆਇਓ ਇੰਡਸਟਰੀ ਦਾ ਹੋਵੇ ਕਿਸਾਨ ਦਾ ਹੋਵੇ ਮਜ਼ਦੂਰ ਦਾ ਹੋਵੇ ਗਰੀਬ ਦਾ ਹੋਵੇ ਹਰ ਵਰਗ ਦਾ ਜਿਹੜਾ ਹੈ ਯੋਗਦਾਨ ਔਰ ਉਹਦਾ ਸਾਥ ਲੈ ਕੇ ਅਸੀਂ ਜਲੰਧਰ ਲੋਕ ਸਭਾ ਦੇ ਵਿੱਚ ਇਹਦੀ ਡਿਵੈਲਪਮੈਂਟ ਕਰਾਵਾਂਗੇ ਸਭ ਕੁਝ ਕਰਾਵਾਂਗੇ ਲੋਕਾਂ ਦੀ ਪਹੁੰਚ ਦੇ ਹੋ ਮਿਲਦੇ ਆ ਲੋਕਾਂ ਨੂੰ ਕੀ ਲੋਕਾਂ ਦਾ ਰਿਸਪੌਂਸ ਆਂਦਾ ਹੈ ਪਿਛਲੇ ਐਮਪੀ ਨੂੰ ਲੈ ਕੇ ਵੀ ਤੇ ਨਵੀਂ ਅਗਲੀ ਸੋਚ ਨੂੰ ਲੈ ਕੇ ਦੇਖੋ ਮੈਂ ਤੇ ਪਹਿਲਾਂ ਕਹਿ ਰਿਹਾ ਜੀ ਕਿ ਲੋਕ छते हैं कि केंद्र सरकार ने जो पैसे भेजे से इतने नौ सौ करोड़ एक शहर वास्ते छोटा नहीं होंगे थोड़ी अमाउंट नहीं होंगी है और लोग पुछते ने कि नौ सौ करोड़ कितने गया कि लाया सो so, एक बहुत वाला प्रश्न है इस करके जब भारतीय जनता पार्टी का मैंबर ऑफ पार्लियामेंट होएगा जरा केंद्र वालों फंड आता डिवेलपमेंट चौकीदारी भी करेगा और उदा सही इस्तेमाल होती राखी करेगा ਔਰ ਲੋਗਾਂ ਨੂੰ ਉਸ ਦਾ ਲਾਭ ਮਿਲੇਗਾ ਸਾਡਾ ਇਹ ਕਹਿਣਾ ਇੱਕ ਵਾਰੀ ਵੀ ਹੋਏਗੀ ਜਿਹੜਾ ਪਿਛਲਾ ਪੈਸਾ ਜੇ ਤੁਸੀਂ ਕਹਿੰਦੇ ਹੋ ਤੇ ਜਿਹੜਾ ਆਇਆ ਉਹ ਕਿੱਥੇ ਗਿਆ ਸਾਰੀ ਖੁਰਦ-ਵੁਰਦ ਹੋਇਆ ਜਾਂ ਲੱਗੇ ਉਹਦੀ ਇਨਕੁਆਰੀ ਵੀ ਹੋਏਗੀ ਹਾਈ ਲੈਵਲ ਨਹੀਂ ਨਹੀਂ ਮੈਂ ਤਾਂ ਕਹਿ ਰਹੀ ਜੀ ਜਿਹੜਾ 900 ਕਰੋੜ ਆਇਆ ਕਿੱਥੇ ਗਿਆ ਪਤਾ ਨਹੀਂ ਲੱਗੇ ਕੋਈ ਐ ਮੈਂਬਰ ਆਫ ਪਾਰਲੀਮੈਂਟ ਜਿਹੜਾ ਲੋਕ ਸਭਾ ਦਾ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਬੰਦੇ ਉਹ ਜ਼ਿਲ੍ਹੇ ਦੀ ਸਕਰੀਨਿੰਗ ਕਮੇਟੀ ਮੌਨਟਰੀਂਗ ਕਮੇਟੀ ਦਾ ਚੇਅਰਮੈਨ ਹੁੰਦਾ ਤੇ ਕਾਂਗਰਸ ਦੱਸੇ ਕਿ ਉਹਦੇ ਐਮਪੀ ਨੇ ਕੀ ਕੀਤਾ ਹੋਂ ਤੱਕ ਨੋ ਸਾਲਾਜ ਮੋਦੀ ਸਰਕਾਰ ਨੇ ਜਿਹੜੇ ਪੈਸੇ ਭੇਜੇ ਉਹ ਕਿੱਥੇ ਗਏ ਸੰਤ ਸੜਕਾਂ ਤੇ ਕਿਤੇ ਲੱਗਦੇ ਨਹੀਂ ਸ਼ਹਿਰ ਚ ਕਿਤੇ ਲੱਗੇ ਨਹੀਂ ਦਿਖਦੇ ਸੋ ਇਹ ਸਾਰਾ ਇੱਕ ਬਹੁਤ ਵੱਡਾ ਪ੍ਰਸ਼ਨ ਹੈਗਾ ਜਿਹੜਾ ਜਿਹੜਾ ਹੈਗਾ ਵਾ ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੀ ਉਸ ਦਾ ਹੱਲ ਕਰ ਸਕਦਾ ਅੱਛਾ ਟਵਾਲ ਸਾਹਿਬ ਦੇ ਪੁੱਤ ਚਰਨਜੀਤ ਟਵਾਲ ਦੇ ਪੁੱਤਰ ਆਉਂਦੇ ਨੇ ਮੈਦਾਨ ਦੇ ਵਿੱਚ ਤੁਹਾਡੇ ਵੱਲੋਂ ਕਿਹਾ ਕਿ ਪਲੱਸ ਪੁਆਇੰਟ ਸਮਝਦੇ ਹੋ ਕਿਉਂਕਿ ਤੁਹਾਡੀ ਪਹਿਲਾਂ 9 ਮਾਸ ਦੇ ਰਿਸ਼ਤੇ ਵਾਲੀ ਪਾਰਟੀ ਹੋ ਰਹੀ ਹੈ ਤੇ ਪਰ ਇੱਕ ਵਜਨਦਾਰ ਕਹਿ ਦਈਏ ਕਿ ਕਿ ਇੱਕ ਕੈਂਡੀਡੇਟ ਤੁਸੀਂ ਲੈ ਕੇ ਆਇਓ ਦੇਖੋ ਚਰਨਜੀਤ ਟਵਾਲ ਜੀ लोकसभा ਦੇ ਡਿਪਟੀ ਸਪੀਕਰ ਵੀ ਰਹੇ ਨੇ ਪੰਜਾਬ ਵਿਧਾਨ ਸਭਾ ਦੋ ਵਾਰ ਸਪੀਕਰ ਵੀ ਰਹੇ ਨੇ ਔਰ ਪੰਜਾਬ ਦੇ ਇੱਕ ਬਹੁਤ ਹੀ ਸੁਲਝੇ ਸਿਆਣੇ ਨੇਤਾ ਨੇ ਔਰ ਖਾਸ ਕਰਕੇ Dalit ਵਰਗ ਦੇ ਵਿੱਚ ਉਹਨਾਂ ਦੀ ਬਹੁਤ ਅੱਛੀ ਪੈਂਟ ਹੈਗੀ ਹੈ ਔਰ ਉਹਨਾਂ ਦੇ ਬੇਟੇ ਇੰਦਰ ਇਕਬਾਲ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਔਰ ਖੁਦ ਵੀ ਉਹ ਵਿਧਾਇਕ ਰਹੇ ਨੇ ਔਰ ਬਹੁਤ ਹੀ ਹੁਨਾਰ ਔਰ ਇੰਟੈਲੀਜੈਂਟ ਨੌਜਵਾਨ ਹੈ ਤੇ ਮੈਂ ਸਮਝਦਾ ਕਿਉਂ ਜੰਦਰ ਦੇ ਪਿਛਲੀ ਵਾਰੀ ਉਹਦੇ ਫਾਦਰ ਸਾਹਿਬ ਬਹੁਤ ਘੱਟ ਵੋਟਾਂ ਤੋਂ ਰਹਿ ਗਏ ਸਨ ਔਰ ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਦਾ ਨੌਜਵਾਨ ਚੁਣ ਕੇ ਜਾਂਦਾ ਹੈ ਲੋਕ ਸਭਾ ਦੇ ਵਿੱਚ ਤੇ ਉਹ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਠੀਕ ਤਰੀਕੇ ਦੇ ਨਾਲ ਪਾਰਲੀਮੈਂਟ 'ਚ ਉਠਾ ਪਾਏਗਾ ਔਰ ਕੇਂਦਰ ਸਰਕਾਰ ਕੋ ਜਿਹੜਾ ਵੀ ਕੋਈ ਮਦਦ ਚਾਹੀਦੀ ਹੈ ਔਰ ਉਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਜੋ ਵੀ ਉਪਰਾਲਾ ਹੋ ਸਕਦਾ ਉਹ ਮੈਂ ਸਮਝਦਾ ਕਿ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹ ਸਭ ਤੋਂ ਬਿਹਤਰ ਤਰੀਕੇ ਨਾਲ ਕਰ ਸਕਦਾ ਹੈ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਨੇ ਆ ਮੌਜੂਦਾ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਹੁਣ ਜਲੰਧਰ ਸੀਟ ਤੇ ਪੂਰੀ ਤਰ੍ਹਾਂ ਜੋਰਜਮਾਸ਼ੀ ਕੀਤੀ ਜਾ ਰਹੀ ਹੈ ਹਰ ਇੱਕ ਐਮਐਲਏ ਹਰ ਇੱਕ ਮੰਤਰੀ ਹਰ ਇੱਕ ਇੱਥੇ ਉਹਨਾਂ ਦਾ ਨਜ਼ਰ ਆ ਰਿਹਾ ਆ ਕੀ ਲੱਗਦਾ ਹੈ ਕਿ ਕੀ ਉਹ ਆਪਣੀ ਜਿਹੜੀ ਵਜੂਦਗੀ ਇੱਥੇ ਸਾਬਿਤ ਕਰ ਪਾਉਣਗੇ ਕਿਉਂਕਿ ਸਰਕਾਰ ਹੈ ਤੇ ਉਹ ਦਾਅਵਾ ਵੀ ਕਰ ਰਿਆ ਸੀ ਕੱਢਣ ਦਾ ਆਮ ਆਦਮੀ ਪਾਰਟੀ ਭਾਵੇਂ ਸਿੱਧੀ ਹੋ ਜਾਏ ਭਾਵੇਂ ਪੁੱਠੀ ਹੋ ਜਾਏ ਭਾਵੇਂ ਪੰਗਵਤਮਨ ਡੇਰਾ ਲਾ ਕੇ ਬੈਜੇ ਤੇ ਭਾਵੇਂ ਕੇਜਰੀਵਾਲ ਡੇਰਾ ਲਾ ਕੇ ਬੈਜੇ ਇਹਨਾਂ ਦੇ ਜਮਾਨਤਾਂ ਜਬਤ ਹੋਣ ਵਾਲੀਆਂ ਉਹ ਕੱਟਣ ਈਮਾਨਦਾਰ ਕਹਿਣ ਵਾਲੇ ਪਦਮਸ਼ਰੀਆਂ ਆਪਣੇ ਬੰਦਿਆਂ ਨੂੰ ਦੇਣ ਵਾਲੇ ਇਮਾਨਦਾਰੀ ਦੀਆਂ ਅੱਜ ਜੇਲ੍ਹਾਂ 'ਚ ਫਿਰਦੇ ਨੇ ਮੈਨੂੰ ਇੱਕ ਚੀਜ਼ ਦੱਸੋ ਦੇਸ਼ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਕਿ ਆ ਪਹਿਲੇ ਸਾਲ ਦੇ ਵਿੱਚ ਉਹਦੇ ਦੋ ਮੰਤਰੀ ਕਿਸੇ ਵੀ ਪਾਰਟੀ ਦੇ ਕਿ ਆ ਕਿਸੇ ਵੀ ਸਰਕਾਰ ਦੇ ਦੋ ਮੰਤਰੀ ਔਰ ਦੋ ਵਿਧਾਇਕ ਜੇਲ੍ਹ ਯਾਤਰਾ ਕਰਦੇ ਨੇ ਇਹਨਾਂ ਦੋ ਮੰਤਰੀ ਪ੍ਰਚਾਰ ਦੇ ਕੇਸ ਚੈਰਨ ਨੂੰ ਕੱਢਨੇ ਪੈ ਗਏ ਦੋ ਐਮਐਲਏ ਇਹਨਾਂ ਦੇ ਪ੍ਰਚਾਰ ਦੇ ਵਿੱਚ ਫਸੇ ਨੇ ਇੱਕ ਇੱਕ ਐਮਐਲਏ ਦੇ ਫਾਦਰ ਸਾਹਿਬ ਬਲੈਕਮੇਲਿੰਗ ਕਰਦੇ ਔਰ ਐਫਓ ਇੱਕ سنگੀਨ ਜੁਰਮ ਕਰਦੇ ਫੜੇ ਗਏ ਨੇ ਇੱਕ ਬਚਨਦਰਦੀ ਹਾਤੀ ਤੋਂ ਅੰਮ੍ਰਿਤ ਰਤਨ ਜਿਹੜਾ ਕਿ ਸਿੱਧੇ ਪੈਸੇ ਲੈਂਦੇ ਫੜਿਆ ਗਿਆ ਵਿਜੇ ਸਿੰਘ ਦਾ ਪੈਸੇ ਲੈਂਦੇ ਫੜਿਆ ਗਿਆ ਇਹਨਾਂ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ 4 ਮਹੀਨੇ ਨਾਲ ਜ਼ੋਰ ਲਾ ਲਿਆ ਬਚਾਉਣ ਦਾ ਲੇਕਿਨ ਪਬਲਿਕ ਦਾ ਪ੍ਰੈਸ਼ਰ ਇੰਨਾ ਸੀਗਾ ਕਿ ਉਹਨੂੰ ਮੰਤਰੀ ਮੰਡਲ ਚੋਂ ਕੱਢਣਾ ਪਿਆ ਔਰ ਇਹ ਆਪਨੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਨੇ ਝੂਠ ਤੇ ਇੰਨੇ ਸਫਾਈ ਨਾਲ ਬੋਲਦੇ ਨੇ ਲੋਕਾਂ ਨੂੰ ਜਿਵੇਂ ਮੂਰਖ ਸਮਝਾਉਂਦਾ ਲੇਕਿਨ ਇਹ ਪੁੱਲ ਗਿਆ ਨੇ ਕਿ ਪੰਜਾਬੀ ਮੂਰਖ ਨਹੀਂਗਾ ਪੰਜਾਬੀ ਬਹੁਤ ਸਿਆਣਾ ਹੈ ਪੰਜਾਬ ਨੂੰ ਇੱਕ ਨਵੇਂ ਤੁਸੀਂ ਜਿਹੜੇ ਵਾਅਦੇ ਕੀਤੇ ਸਨ ਇੱਕ ਬਦਲਾਅ ਦੀ ਰਾਜਨੀਤੀ ਦੀ ਗੱਲ ਕੀਤੀ ਸੀ ਪੰਜਾਬੀਆਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੁਹਾਨੂੰ 92 ਵਿਧਾਇਕ ਦਿੱਤੇ ਲੇਕਿਨ ਇੱਕ ਸਾਲ ਦੇ ਵਿੱਚ ਉਜੀ ਹਰ ਪੰਜਾਬੀ ਪਛਤਾ ਰਿਹਾ ਕਿ ਅਸੀਂ ਕਿਹੜੇ ਵੇਲੇ ਗਲਤੀ ਕਰ ਲਈ ਕਿ ਇਹਨਾਂ ਨਲਾਇਕਾਂ ਨੂੰ ਅਸੀਂ ਸਰਕਾਰ ਫੜਾ ਦਿੱਤੀ ਜਿਨ੍ਹਾਂ ਨੂੰ ਨਾ ਸਰਕਾਰ ਚਲਾਨੀ ਆਂਦੀ ਹੈ ਨਾ ਕੋਈ ਸਮਝ ਹੈ ਔਰ ਕੇਵਲ ਔਰ ਕੇਵਲ ਪੰਜਾਬ ਨੂੰ ਰੁਟਣ ਦਾ ਕੰਮ ਕਰ ਰਹੇ ਨੇ ਇਸ ਕਰਕੇ ਜਲੰਧਰ ਦੇ ਵੋਟਰਾਂ ਨੇ ਵੀ ਮਨ ਬਣਾ ਲਿਆ ਕਿ ਆਮ ਆਦਮੀ ਪਾਰਟੀ ਦਾ ਤੇ ਅਸੀਂ ਬਸ ਤਾਂ ਗੋਲ ਕਰਦੇ ਹੁਣ ਵੀ ਕੰਮ ਬੋਲਦਾ ਨੇ ਨਜ਼ਰ ਆਉਂਦੇ ਨੇ ਹਰ ਜਗ੍ਹਾ ਲਿਖਿਆ ਹੋਇਆ ਹੈ ਕਿ ਸਾਡਾ ਕੰਮ ਬੋਲਦਾ ਆ ਕਿ ਵਾਕਈ ਡਿਵੈਲਪਮੈਂਟ ਕੀਤੀ ਜਾਂ ਕੰਮ ਬੋਲਦਾ ਕਿ ਲੋਕ ਜਿਹੜਾ ਚੁਣ ਗਵਰਨਮੈਂਟ ਦਾ ਤੇ ਮੈਨੂੰ ਦੱਸ ਦਿੰਜੀਏ ਕਿ ਇਟਲਾਈ ਹੋਵੇ ਇਹਨਾਂ ਨੇ ਹਾਂ ਕੰਮ ਬੋਲਦਾ ਹੈ ਭ੍ਰਸ਼ਾਚਾਰ ਬੋਲਦਾ ਬਿਲਕੁਲ ਬੋਲਦਾ ਬਿਲਕੁਲ ਸਹੀ ਕਿਹਾ ਉਹਨਾਂ ਨੇ ਕਿ ਸਾਡਾ ਕੰਮ ਬੋਲਦਾ ਕਿਉਂਕਿ ਭ੍ਰਸ਼ਟਾਚਾਰਿਕ ਕਰਨਾ ਇਹਨਾਂ ਦਾ ਇੱਕ ਕੰਮ ਹੈ ਔਰ ਮੈਂ ਜਿਹੜੇ ਦੱਸਿਆ ਕਿ ਇੱਕ ਸਾਲ ਦੇ ਵਿੱਚ ਚਾਰ-ਚਾਰ ਤੁਹਾਡੇ ਵਿਧਾਇਕ ਔਰ ਮੰਤਰੀ ਤੁਹਾਡੇ ਭ੍ਰਸ਼ਟਾਚਾਰ ਦੇ ਵਿੱਚ ਫਸ ਜਾਣ ਇਹ ਕਿਸੇ ਵੀ ਰਾਜ ਦੇ ਵਿੱਚ ਦੇਸ਼ ਦੀ ਹਿਸਟਰੀ ਦੇ ਵਿੱਚ ਅਜੇ ਤੱਕ ਨਹੀਂ ਹੋਇਆ ਵਾਕਿਆ ਹੀ ਤੁਹਾਡਾ ਕੰਮ ਬੋਲਦਾ ਤੁਹਾਡਾ ਪ੍ਰਚਾਰ ਬੋਲਦਾ ਜਨ ਜਨ ਆਜ ਆਜ ਆ ਗਈ ਹੈ ਕਿ ਜੇ ਦੇਸ਼ ਦੀ ਸਭ ਤੋਂ ਪ੍ਰਸਤਵ ਪਾਰਟੀ ਕੋਈ ਹੈਗੀ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ ਜੇ ਦੀ ਪਾਰਟੀ ਪ੍ਰਚਾਰ ਨਾਲ ਲੇਖਤ ਹੋਵੇ ਜਿਸ ਪਾਰਟੀ ਨੂੰ ਲੋਕਾਂ ਨੇ ਇੱਕ ਸਾਲ ਦੇ ਵਿੱਚ ਰਿਜੈਕਟ ਕਰਤਾ ਹੋਵੇ ਤੇ ਉਹਦੇ ਕੈਂਡੀਡੇਟ ਬਾਰੇ ਕੀ ਕਹਿਣਾ ਲੱਗਦਾ ਕਿ ਦੂਸਰੀ ਪਾਰਟੀ ਜੋ ਜਿਸ ਤਰੀਕੇ ਨਾਲ ਆਉਂਦੇ ਨੇ ਤੇ ਸਵਾਲ ਤੁਹਾਡੇ ਵੱਲੋਂ ਇਹ ਵੀ ਪਹਿਲਾਂ ਚੱਕੇ ਗਏ ਸੀ ਕਿ ਆਪਣਾ ਕੋਈ ਕੈਂਡੀਡੇਟ ਨਹੀਂ ਮਿਲਿਆ ਦੂਜੀ ਪਾਰਟੀ ਚੋਂ ਲਿਆ ਕੇ ਖੜਾ ਕਰਨਾ ਪਿਆ ਦੇਖੋ ਇਸ ਸਾਨੂੰ ਸਾਰਿਆਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੀ ਉਸ ਸਥਿਤੀ ਹੈਗੀ ਹੈ ਕਿ ਇੱਕ 2022 ਦੇ ਵਿੱਚ ਇੱਕ ਬਦਲਾਅ ਔਰ ਇੱਕ ਝੂਠੇ ਫਰੇਮ ਦੀ ਰਾਜਨੀਤੀ ਕਰਦੇ ਹੋਏ ਵੱਧ ਝੂਠੇ ਵਾਅਦਿਆਂ ਦੀ ਲੜੀ ਲਾਉਂਦੇ ਹੋਏ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਉਣ ਦਾ ਕੰਮ ਕੀਤਾ ਲੇਕਿਨ ਲੋਕ ਸਮਝ ਚੁੱਕੇ ਨੇ ਔਰ ਜਿਹੜੇ ਕੈਂਡੀਡੇਟ ਦੀ ਗੱਲ ਕਰਦੇ ਨੇ ਇਹ ਉਹੀ ਕੈਂਡੀਡੇਟ ਨੇ ਜਿਹਦੇ ਖਿਲਾਫ ਇਹ ਬੋਲਦੇ ਸਨ ਕੀ ਅੱਜ ਜਿਹੜੇ ਦੋਸ਼ ਤੁਸੀਂ ਆਪਣੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਰਿੰਕੂ ਦੇ ਖਿਲਾਫ ਲਗਾਉਂਦੇ ਸੀਗੇ ਕੀ ਉਹ ਦੋਸ਼ ਖਤਮ ਹੋ ਗਏ ਕੀ ਜਿਹੜੇ ਅਲੀਗੇਸ਼ਨਸ ਤੁਸੀਂ ਉਹਦੇ ਖਿਲਾਫ ਲਾਉਂਦੇ ਸੀ ਉਹ ਖਤਮ ਹੋ ਗਏ ਸੋ ਇਹ ਬਹੁਤ ਵੱਡੇ ਪ੍ਰਸ਼ਨ ਨੇ ਔਰ ਜਨਤਾ ਜਿਹੜੀ ਸਭ ਸਮਝਦੀ ਹੈ ਉਸ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਚਰਚਾ ਹੋਰ ਚੱਕਿਆ ਜਾ ਰਿਹਾ ਅਕਾਲੀ ਦਲ ਦੇ ਇੱਕ ਕੈਂਡੀਡੇਟ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਹੱਕ ਦੇ ਵਿੱਚ ਆਜੀਪੀਸੀ ਦੇ ਪ੍ਰਚਾਰ ਪ੍ਰਚਾਰ ਕਰਦੇ ਨੇ ਇਹ ਕਿਹਾ ਜਾਂਦਾ ਬਾਰ ਬਾਰ ਕਿ ਉਹਨਾਂ ਪ੍ਰਚਾਰ ਕਰਨਾ ਸਹੀ ਨਹੀਂ ਹੈ ਵੀਜਪੀ ਕਿਵੇਂ ਦੇਖਦੀ ਹੈ ਸਭ ਨੂੰ ਕਿਉਂਕਿ ਕਾਂਗਰਸ ਨੇ ਵੀ ਇਸ ਉੱਤੇ ਸਵਾਲ ਚੁੱਕੇ ਤੇ ਆਮ ਆਦਮੀ ਪਾਰਟੀ ਦੇਖੋ ਐਸਜੀਪੀਸੀ ਦਾ ਮੁੱਖ ਕੰਮ ਹੈਗਾ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਰ ਕਰਨਾ ਗੁਰੂ ਮਹਾਰਾਜ ਜੀ ਦੇ ਵਿਚਾਰਾਂ ਨੂੰ ਜਨਤਾ ਤੱਕ ਲੋਕਾਂ ਤੱਕ ਪਹੁੰਚਾਣਾ ਮਨੋ ਗੱਲ ਇਹ ਹੈ ਕਿ ਉਸ ਕੰਮ ਤੋਂ ਤੇ ਵਿਚਾਰੇ ਨੂੰ ਕੰਮ ਹੈ ਨਹੀਂਗਾ ਅੱਜ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਜਿਸ ਸਿੱਖ ਪੰਥ ਦੀ ਸਥਾਪਨਾ ਧਰਮ ਦੀ ਰੱਖਿਆ ਵਾਸਤੇ ਹੋਈ ਹੋਵੇ ਗੁਰਤੇਗ ਬਾਦਰ ਜੀ ਨੇ ਸ਼ਹੀਦਤ ਸਿਰਫ ਧਰਮ ਨੂੰ ਬਚਾਉਣ ਵਾਸਤੇ ਕੀਤੀ ਹੋਵੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਹੋਣ ਔਰ ਦੋ ਦਿਵਾਨ ਚੁਣਾਈ ਚੁਨੇ ਜਾਣ ਸਿਰਫ ਇਸ ਕਰਕੇ ਕਿ ਤੁਸੀਂ ਆਪਣਾ ਧਰਮ ਦੀ ਰੱਖਿਆ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਤੇ ਅੱਜ ਲੋਕ ਸਿੱਖੀ ਛੱਡ ਕੇ ਦੂਜੇ ਧਰਮ ਵੱਲ ਜਾ ਰਹੇ ਨੇ ਤੇ ਕੀ ਇਹ ਐਸਜੀਪੀਸੀ ਦੀ ਵਰਕਿੰਗ ਤੇ ਪ੍ਰਸ਼ਨਚਿੰਨ ਨਹੀਂਗਾ ਕੀ ਉਹਦੀ ਜ਼ਿੰਮੇਵਾਰੀ ਨਹੀਂ ਬੰਦੀ ਕਿ ਇਹਨਾਂ ਚੀਜ਼ਾਂ ਦੀ ਕੋਕ ਕਰੇ ਔਰ ਕਿਉਂ ਕਿਹੜੀ ਗ੍ਰਾਵਟ ਆ ਗਈ ਕੀ ਹੋਇਆ ਕਿ ਜਿਸ ਸਿੱਖ ਧਰਮ ਦੀ ਸਥਾਪਨਾ ਕਰਨ ਵਾਸਤੇ ਗੁਰਗੋਬਿੰਦ ਸਿੰਘ ਜੀ ਨੇ ਧਰਮ ਵਾਸਤੇ ਅੱਗੇ ਆ ਕੇ ਇੱਕ ਫੌਜ ਬਣਾਈ ਸੀਗੀ ਅੱਜ ਉਹਨਾਂ ਦੀ ਫੌਜ ਜਿਹੜੀ ਹੈਗੀ ਆ ਸਿੱਖੀ ਛੱਡ ਕੇ ਦੂਜੇ ਧਰਮਾਂ ਨੂੰ ਅਡਾਪਟ ਕਰਨ ਲੱਗ ਪਈ ਤੇ ਕਮੀਆਂ ਕਿੱਥੇ ਰਹੀਆਂ ਇਹ ਜ਼ਰੂਰ ਕੋਕਨ ਦੀ ਲੋੜ ਹੈ ਔਰ ਐਸਜੀਪੀਸ ਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਕਮੀਆਂ ਕਿੱਥੇ ਰਹਿ ਗਈਆਂ ਕਿਉਂ ਅਸੀਂ ਇੱਕ ਰਾਜਨੀਤਿਕ ਪਾਰਟੀ ਦੇ ਇੱਕ ਹੱਥ ਦੀ ਕਟੁੱਪਤਲੀ ਬਣ ਕੇ ਰਹਿ ਗਏ ਕਿਉਂ ਅਸੀਂ ਇੱਕ ਪਰਿਵਾਰ ਦੇ ਹੱਥ ਦੀ ਕੁੱਟਰਪੁਤਲੀ ਬਣ ਕੇ ਰਹਿ ਗਏ ਇਹ ਸਾਰੇ ਦੇ ਜਿਹੜੇ ਹੈਗਾ ਮੈਂ ਸਮਝਦਾ ਕਿ ਐਸਜੀਪੀਸ ਨੂੰ ਇੰਟਰਸਪੈਕਸ਼ਨ ਕਰਨੀ ਚਾਹੀਦੀ ਹੈ ਔਰ ਜਿਹੜੀ ਉਹਦੀ ਪ੍ਰਾਇਮਰੀ ਜ਼ਿੰਮੇਵਾਰੀ ਹੈ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸਿੱਖ ਧਰਮ ਨੂੰ ਅੱਗੇ ਵਧਾਨ ਦੀ ਉਹਦੇ ਵੱਲ ਕੰਮ ਕਰਨਾ ਚਾਹੀਦਾ ਹੈ ਬੇਦਬੀ ਇਹ ਨਹੀਂ ਰੁਕ ਰਹੀਆਂ ਲਗਾਤਾਰ ਆ ਆਮ ਆਦਮੀ ਪਾਰਟੀ ਦੇ ਰਾਜ ਵੀ ਹੁਣ ਹੋ ਰਹੀਆਂ ਪਿੱਛੇ ਕਾਂਗਰਸ ਦੀ ਜਦ ਵੀ ਹੋ ਰਹੀਆਂ ਸੀ ਉਸ ਤੋਂ ਪਹਿਲੇ ਅਕਾਲੀ ਦਲ ਦੇ ਟਾਈਮ ਤੋਂ ਸ਼ੁਰੂਆਤ ਹੁੰਦੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਬੇਦਬੀ ਜਿਹੜਾ ਨਹੀਂ ਰੁਕ ਰਹੀ ਔਰ ਸਮਝ ਨਹੀਂ ਆ ਰਹੀ ਕਿ ਕਿਉਂ ਹੋ ਰਿਹਾ ਚਾਹੇ ਅਕਾਲੀ ਦਲ ਦਾ ਰਾਜ ਸੀ ਉਸ ਵੇਲੇ ਹੋਈਆਂ ਚਾਹੇ ਕਾਂਗਰਸ ਦੇ ਰਾਜ ਹੋਈਆਂ ਔਰ ਹੁਣ ਵੀ ਇਹਨਾਂ ਦੇ ਰਾਜ ਨਹੀਂ ਰੁਕ ਰਹੀਆਂ ਔਰ ਮੈਂ ਸਮਝਦਾਗਾ ਕਿ ਇਦੇ ਤੇ ਕਠੋਰ ਕਦਮ ਚੱਕਣ ਦੀ ਲੋੜ ਹੈ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਸਾਰੇ ਰਾਜਨੀਤਿਕ ਪਾਰਟੀਆਂ ਕੇਵਲ ਬੇਅਦਬੀ ਦੇ ਇਸ਼ੂ ਦੇ ਉਤੇ ਰਾਜਨੀਤੀ ਕਰ ਰਹੀਆਂ ਨੇ ਜਦਕਿ ਰਾਜਨੀਤੀ ਕਰਨ ਦੀ ਬਜਾਏ ਸਾਡੇ ਸਾਰੇ ਦਾ ਸਾਂਝਾ ਮਾਮਲਾ ਹੈ ਸਾਡੇ ਗੁਰੂ ਸਾਹਿਬ ਦੀ ਔਰ ਸਾਡੇ ਧਾਰਮਿਕ ਗ੍ਰੰਥਾਂ ਦੀ ਜਿਹੜੀ અપਮਾਨ ਦਾ ਸਵਾਲ ਹੈਗਾ ਉਹਦੀ ਬੇਅਦਬੀ ਦਾ ਸਵਾਲ ਹੈਗਾ ਉਹ ਤੇ ਸਾਨੂੰ ਗੰਭੀਰ ਹੋਣਾ ਚਾਹੀਦਾ ਹੈ ਔਰ ਰਾਜਨੀਤੀ ਛੱਡ ਕੇ ਜਿਹੜੇ ਵੀ ਇਹਦੇ ਪਿੱਛੇ ਦੋਸ਼ੀ ਨੇ ਕੀ ਇਹ ਪਿੱਛੇ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਸਾਨੂੰ ਦੇਖਣਾ ਪਏਗਾ ਕਿਉਂ ਕਿਉਂ ਧਾਰਮਿਕ ਗ੍ਰੰਥਾਂ ਦੀ ਚਾਹੇ ਕਿਸੇ ਵੀ ਧਰਮ ਦੇ ਹੋਣ ਉਹਨਾਂ ਦਾ ਬੇਦਬੀ ਕੀਤੀ ਜਾ ਰਹੀ ਹੈ। ਕੀ ਇਹ ਆਪਸ ਵਿੱਚ ਲੜਨ ਦੇ ਕੋਈ ਸਾਜਿਸ਼ਤਾ ਨਹੀਂ? ਇਹ ਸਾਰੀ ਸਾਜਿਸ਼ ਦੀ ਸਰਕਾਰ ਨੂੰ ਕੋਕ ਕਰਨੀ ਚਾਹੀਦੀ ਹੈ ਔਰ ਰਾਜਨੀਤੀ ਛੱਡ ਕੇ ਇਸ ਇਸ਼ੂ ਦੇ ਉੱਤੇ ਜਿਹੜੇ ਵੀ ਬੇਦਬੀ ਕਰਨ ਵਾਲੇ ਨੇ ਉਹਦੀ ਕੋਕ ਕਰਕੇ ਉਹਦੀ ਜੜ ਤੇ ਪਹੁੰਚਣਾ ਚਾਹੀਦਾ ਕਿ ਦੇ ਪਿੱਛੇ ਕੌਣ ਹੈ। ਜਲੰਧਰ ਦੀ ਗੱਲ ਕੀਤੀ ਹੈ ਮੈਂ ਬਹੁਤ ਸਾਰੇ ਆੜ ਵਾਲੇ ਪਿੰਡਾਂ ਦੇ ਜਿੰਦੇ ਲੋਕ ਵਿਦੇਸ਼ ਜਾਂਦੇ ਨੇ ਸਰਕਾਰ ਨੇ ਦਾਅਵਾ ਕੀਤਾ ਸੀ ਹੁਣ ਵੇਲੇ ਆਮ ਆਦਮੀ ਪਾਰਟੀ ਨੇ ਕਿ ਅਸੀਂ ਵਿਦੇਸ਼ ਨਹੀਂ ਕਿਸੇ ਨੂੰ ਵੀ ਭੇਜਾਂਗੇ ਨਾ ਵਿਦੇਸ਼ ਕੋਈ ਜਾਏਗਾ ਇੱਥੇ ਹੀ ਇਹ ਜਹਾ ਸਵਰਗ ਬਣਾ ਦਾਂਗੇ ਕਿ ਵਿਦੇਸ਼ਾਂ ਤੋਂ ਲੋਕ ਇੱਥੇ ਆਉਣਗੇ ਪਰ ਲਗਾਤਾਰ ਇਹ ਸਿਲਸਲਾ ਹੀ ਰੁਕ ਰਿਹਾ ਜਲੰਧਰ ਦੇ ਵਿੱਚ ਲਗਾਤਾਰ ਜੇ ਤੁਸੀਂ ਸਰਵੇ ਕਰਕੇ ਦੇਖੋ ਤਾਂ ਬਹੁਤ ਸਾਰੇ ਲੋਕ ਆੜ ਵਾਲੇ ਪਿੰਡਾਂ ਦੇ ਬਾਹਰ ਹਜੇ ਵੀ ਜਾ ਰਹੇ ਨੇ ਕਿਵੇਂ ਕਿਵੇਂ ਹੋਊਗਾ ਕਿਵੇਂ ਅਸੀਂ ਯੂਥ ਨੂੰ ਦੁਬਾਰਾ ਇੱਥੇ ਰੋਕ ਸਕਦੇ ਆ ਜਾਂ ਸਰਕਾਰ ਦੇ ਜਿਹੜੇ ਵਾਅਦੇ ਨੇ ਉਹ ਕਿੱਦਾਂ ਨੂੰ ਜਾਂਦੇ ਕੋ ਮੈਂ ਪਹਿਲਾਂ ਕਹਿ ਕਿ ਜਿਹੜੀ ਆਮ ਆਦਮੀ ਪਾਰ ਝੂਠ اور ਫਰੇਬ ਦੀ ਰਾਜਨੀਤੀ ਦੇ ਇਲਾਵਾ ਇਹਨਾਂ ਕੋਲ ਕੁਝ ਨਹੀਂਗਾ ਦੋਨੋਂ ਦੋਨੋਂ ਹੱਥਾਂ ਨਾਲ ਪੰਜਾਬ ਨੂੰ ਲੂਟਣ ਲੱਗੇ ਨੇ ਵਾਦੇ ਤੇ ਗੱਲ ਹੀ ਛੱਡੋ ਨਾ ਉਹ ਕਹੇ ਵਾਦੇ ਕੀਤੇ ਸੀ 5 ਸਾਲ ਨੂੰ ਤੇ 5 ਸਾਲ ਹੋ ਗਏ ਉਹਦੋਂ ਪੁੱਛ ਲਈ ਸਾਨੂੰ ਹੁਣ ਨਾ ਪੁੱਛੋ ਕੁਝ ਵੀ ਦੇਸ਼ ਦੇ ਨੌਜਵਾਨਾਂ ਨਾਲ ਵਾਦਾ ਕੀਤਾ ਸਾਡੀਆਂ ਪੈਨਾਂ ਨਾਲ ਵਾਦਾ ਕੀਤਾ ਗਰੀਬ ਵਰਗ ਨਾਲ ਵਾਦਾ ਕੀਤਾ ਮੈਨੂੰ ਇੱਕ ਚੀਜ਼ ਦੱਸੋ ਕਿੱਤਾ ਕੀ ਹੈ ਕੀਤਾ ਕੇਨਾਂ ਨੇ ਅੱਜ ਲਾਅ ਐਂਡ ਆਰਡਰ ਬਿਤਰਸਤ ਹੋ ਕੇ ਰਹਿ ਗਿਆ ਜਿੱਦਾ ਜੀ ਚਾਹਦਾ ਜਿੱਥੇ ਚਾਹਦਾ ਜਿੰਨੂੰ ਚਾਹਦਾ ਜਦੋਂ ਮਰਜ਼ੀ ਆ ਕੇ ਗੋਲੀ ਮਾਰ ਕੇ ਚਲੇ ਜਾਂਦਾ ਕੋਈ ਪੁੱਛਣ ਵਾਲਾ ਨਹੀਂ ਫਰੋਤੀ ਦੇ ਕੋਲਾਂ ਰੋਜ਼ ਆ ਰਹੀਆਂ ਨੇ ਅਸੁਰੱਖਿਆ ਦਾ ਮਾਹੌਲ ਸਾਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਔਰ ਲੇਕਿਨ ਇਸ ਸਰਕਾਰ ਦੇ ਕੰਨ ਤੇ ਜੂਨ ਹੀ ਰਿੰਗਦੀ ਸਵਾਏ ਪੈਸੇ ਕਟਾਨ ਕਰਨ ਦੇ ਇਹਦੇ ਕੋਲ ਕੰਮ ਕੋਈ ਨਹੀਂ ਹੋ ਰ ਇਹਦੇ ਔਰ ਨੌਜਵਾਨ ਕਿਸ ਕਰਕੇ ਰੁਕੇ ਜਦ ਮਾਂ ਬਾਪ ਨੂੰ ਇਹ ਨਹੀਂ ਇਸ ਗੱਲ ਦੀ ਚਿੰਤਾ ਹੈ ਕਿ ਮੇਰਾ ਬੱਚਾ ਘਰੋਂ ਗਿਆ ਪਤਾ ਨਹੀਂ ਸਹੀ ਸਲਾਮਤ ਵਾਪਸ ਆਣਾ ਜਾਂ ਨਹੀਂ ਆਣਾ ਡਰਗਜ਼ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਮਾਪੇ ਚਿੰਤਿਤ ਨੇ ਕਿ ਸਾਡੇ ਬੱਚੇ ਨੂੰ ਕਿਸੇ ਗਲਤ ਲਤ ਨਾ ਲੱਗ ਜਾਏ ਲੇਕਿਨ ਇਸ ਸਰਕਾਰ ਨੇ ਸਿਰਫ ਡਰਗ ਖਤਮ ਕਰਨ ਦਾ ਇੱਕ 3 ਮਹੀਨੇ ਚ ਮੈਂ ਕੇਜਰੀਵਾਲ ਜੀ ਕਹਿੰਦੇ ਸੀ ਮੈਂ ਖਤਮ ਕਰ ਦਿਆਂਗਾ ਡਰਗ ਕੇਜਰੀਵਾਲ ਜੀ ਕਿੱਥੇ 3 ਮਹੀਨੇ ਕਿੱਥੇ ਆ ਡਰਗਜ਼ ਦਾ ਮਾਮਲਾ ਖਤਮ ਕਰਨ ਦਾ ਅੱਜ ਪੰਜਾਬ ਦੀ ਜਨਤਾ ਪੁੱਛਦੀ ਹੈ ਔਰ ਕੇਜਰੀਵਾਲ ਜੀ ਆਉਣ ਵਾਲੇ ਨੇ ਮੈਂ ਜਨਦਰਵਾਸੀਆਂ ਨੂੰ ਅਪੀਲ ਕਰਾਂਗਾ ਕਿ ਇੱਕ ਇੱਕ ਸਵਾਲ ਦਾ ਜਵਾਬ ਇਸ ਕੇਜਰੀਵਾਲ ਕੋਲ ਲਈਓ ਝੂਠ ਔਰ ਫਰੇਵ ਦੀ ਫੈਕਟਰੀ ਹੈ ਕੇਜਰੀਵਾਲ ਆ ਰਹੇ ਨੇ ਤੁਹਾਡੇ ਕੋਲ ਜਲੰਧਰ ਇਹਨਾਂ ਦਾ ਇੱਕ ਇੱਕ ਆਪਣੇ ਸਵਾਲਾਂ ਦਾ ਜਵਾਬ ਇਹਨਾਂ ਕੋਲ ਲੈਣਾ ਫਿਰ ਇਹਨਾਂ ਨੂੰ ਜਲੰਧਰ ਚ ਵੜਨ ਦੇਣਾ ਮੇਰੇ ਇਨੀ ਆਪ ਚ ਰੁਬੀ ਪੰਜ ਪੰਜ ਸਾਲ ਦੀ ਗੱਲ ਕਰਦੇ ਆ ਤੁਸੀਂ ਹੁਣੇ ਥੋੜੇ ਦਿਨ ਪਹਿਲਾਂ ਜਨਤਾ ਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਸਿਰਫ 9 ਮਹੀਨੇ ਜਿਹੜੇ ਬਾਕੀ ਉਹ ਦੇ ਦਿਓ ਤਾਂ ਅਸੀਂ ਸਾਬਿਤ ਕਰ ਦਾਂਗੇ ਡੋਟ ਟਰਸਟ ਕਰ ਲੈਣ ਪੂਰੀ ਤਰ੍ਹਾਂ ਤੁਸੀਂ ਸਾਬਿਤ ਕਰੋਗੇ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੀ ਕਿਹੜੀ ਪਾਰਟੀ ਹੈ ਜਿਹੜੀ ਹਰ ਸਾਲ ਆਪਣੇ ਕੰਮ ਦੀ ਕਾਰਗੁਜ਼ਾਰੀ ਲੈ ਕੇ ਜਨਤਾ ਦੇ ਦਰਬਾਰ ਚ ਆਂਦੀ ਹੈ ਅਜੇ ਤੱਕ ਕਿਸੇ ਪੋਲੀਟਿਕਲ ਪਾਰਟੀ ਨੇ ਕਿਸੇ ਸਰਕਾਰ ਨੇ ਆਪਣਾ ਇੱਕ ਵਾਰਾ ਪੂਰਾ ਹੋਣ ਦੋ ਵਾਰਾ ਪੂਰਾ ਹੋਣ ਨੌਵਾਂ ਵਾਰਾ ਪੂਰਾ ਹੋਣ ਲੱਗਾ ਭਾਰਤੀ ਜਨਤਾ ਪਾਰਟੀ ਦਾ ਅਸੀਂ ਹਰ ਸਾਲ ਜਨਤਾ ਦੇ ਦਰਬਾਰ ਚ ਜਾਂਦੇ ਆ ਕਿ ਅਸੀਂ ਦੇਖੋ ਜੀ ਆ ਤੁਹਾਡਾ ਵਾਅਦਾ ਕਿਤੇ ਸੀ ਆ ਪੂਰੇ ਕਰ ਦਿੱਤੇ ਅਸੀਂ ਆਪਣਾ ਲੇਖਾ ਝੋਖਾ ਦਿੰਨੇ ਆ ਲੇਖਾ ਝੋਖਾ ਕੌਣ ਦੇਗਾ ਜਿਹਨੇ ਕੰਮ ਕੀਤਾ ਹੋਵੇ ਜੇ ਦੇਚ ਇਮਾਨਦਾਰੀ ਹੋਵੇ ਜਨਤਾ ਪ੍ਰਤੀ ਜਵਾਬਦੇਹੀ ਹੋਵੇ ਇਹ ਲੁਟੇਰੀਆਂ ਦਾ ਟੋਲਾ ਇਹਨਾਂ ਨੇ ਕੀ ਦੇਣਾ ਜਵਾਬ ਤੋ ਇਸ ਕਰਕੇ ਅਸੀਂ ਅਸੀਂ ਇਹ ਵਾਦਾ ਕਰਦੇ ਆ ਕਿ ਅਸੀਂ 9 ਮਹੀਨੇ ਦੇ ਵਿੱਚ ਵਿੱਚ ਜਲੰਧ ਦੀ ਨੁਹਾਰ ਬਦਲਾਂਗੇ ਜਲੰਧ ਦੇ ਵੋਟਰ ਨੂੰ ਅਪੀਲ ਹੈ ਇੱਕ ਮੌਕਾ ਸਾਡੇ ਕੈਂਡੀਡੇਟ ਨੂੰ ਦੇ ਕੇ ਦੇਖ ਲਓ 9 ਮਹੀਨੇ ਵਾਸਤੇ ਮੌਕਾ ਦੇ ਕੇ ਦੇਖ ਲਓ ਅਸੀਂ 9 ਮਹੀਨੇ ਚ ਜਲੰਧ ਦੀ ਨੁਹਾਰ ਬਦਲਾਂਗੇ ਤੁਹਾਨੂੰ ਵਾਦਾ ਕਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਆਪਣੇ ਵਾਸਤੇ ਜਲੰਧਰ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਜਿਤਵਾ ਕੇ ਭੇਜੋ ਔਰ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰੋ 2024 ਨੇੜੇ ਆ ਅਗਲੇ ਸਾਲ ਚੋਰਾਬ ਨੇ ਫਿਰ ਨਿਰਣਾ ਕਰ ਲਿਓ ਜੇ ਅਸੀਂ 9 ਮਹੀਨੇ ਚ ਕੰਮ ਨਾ ਕੀਤਾ ਇਸ ਕਾ ਕਿਸੀ ਦਾਬ ਨਾ ਕਹਨੇ ਆ ਕਿ ਅਸੀਂ 9 ਮਹੀਨੇ ਦੇ ਵਿੱਚ ਜੰਦਰ ਦੀ ਕਾਇਆ ਕਲਪ ਕਰਕੇ ਦਿਖਾ ਦੇਾਂਗੇ ਇੱਕ ਅਹਿਮ ਸਵਾਲ ਹੈ ਕਿਉਂਕਿ 9 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਹਦੇ ਵਿੱਚੋਂ 4 ਦੇ ਉੱਤੇ ਜਿਹੜਾ ਹੈ ਕਾਂਗਰਸ ਕਬਜ਼ਾ ਕਰਦੀ ਹੈ ਤੇ 5 ਦੇ ਉੱਤੇ ਜਿਹੜਾ ਹੈ ਆਮਦਮੀ ਪਾਰਟੀ ਕਬਜ਼ਾ ਕਰਦੀ ਹੈ ਵੱਡਾ ਚੈਲੰਜ ਹੀ ਹੋਵੇਗਾ ਕਿਉਂਕਿ ਉਹਨਾਂ ਲਈ ਤਾਂ ਥੋੜੇ-ਥੋੜੇ ਇਲਾਕੇ ਕਵਰ ਕਰਨ ਦੀ ਲੋੜ ਹੈ ਤੇ ਤੁਹਾਡੇ ਲਈ ਪੂਰਾ ਹੀ ਇਹ ਜਿਹੜਾ ਏਰੀਆ ਹੈ ਉਹ ਕਵਰ ਕਰਨ ਦੀ ਲੋੜ ਦੇਖੋ ਹੁਣ ਤੋਂ ਪਹਿਲਾਂ ਅਸੀਂ ਅਕਾਲੀ ਦਲ ਦੇ ਨਾਲ ਗਠਜੋੜਨ ਚ ਸੀ ਔਰ ਇਹ ਸੀਟ ਜਿਹੜੀਗੀ ਹੈ ਪਾਰਲੀਮੈਂਟ ਦੀ ਅਕਾਲੀ ਦਲ ਲੜਦਾ ਸੀ ਸੀ ਪਹਿਲੀ ਵਾਰੀ ਆਪਣੇ ਬੂਤੇ ਦੇ ਉੱਤੇ ਜੰਦਰ ਦੀ ਪਾਰਲੀਮੈਂਟ ਸੀਟ ਲੜ ਰਹੇ ਔਰ ਲੇਕਿਨ ਸਾਡਾ ਸੰਗਠਨ ਹਰ ਥਾਂ ਤੇ ਸੀਗਾ ਹਰ ਪਿੰਡ ਵਿੱਚ ਸੀਗਾ ਹਰ ਕਸਬੇ ਵਿੱਚ ਸੀਗਾ ਔਰ ਸਾਡਾ ਜਿਸ ਤਰੀਕੇ ਨਾਲ ਕਾਰਜਕਰਤਾ ਪੂਰੀ ਲਗਨ ਦੇ ਨਾਲ ਲੱਗਿਆ ਹੋਇਆ ਔਰ ਜਿਸ ਤਰੀਕੇ ਨਾਲ ਜਨ ਮਾਨਸਤਾ ਹਰ ਵਰਗ ਦਾ ਸਾਨੂੰ ਸਮਰਥਨ ਮਿਲ ਰਿਹਾ ਮੈਂ ਯਕੀਨਨ ਕਹਿ ਸਕਦਾ ਕਿ 10 ਤਰੀਕ ਦੀ ਵੋਟਾਂ ਇੱਕ ਕਰਵਟ ਬਦਲਣਗੀ ਆ ਪੰਜਾਬ ਦੀ ਰਾਜਨੀਤੀ ਦੇ ਇੱਕ ਨਵੀਂ ਕਰਵਟ ਆਏਗੀ ਔਰ ਭਾਰਤ ਜਨਤਾ ਪਾਰਟੀ ਜਿੱਹੀ ਹੋ ਕੇ ਇਥੇ ਆਪਣੀ 2024 ਦੀ 13 ਸੀਟਾਂ ਦੀ 13 ਸੀਟਾਂ ਤੇ ਵਿਜੈ aí ਹੁੰਦਾ ਇੱਕ ਸ਼ੁਰੂਆਤ ਕਰੇਗੀ ਜੇ ਜਿਹੜੀ ਸ਼ੁਰੂਆਤ ਮਤਲਬ ਤੁਸੀਂ ਕੰਟੀਨਿਊ ਰੱਖਣਾ ਚਾਹੋਗੇ 2024 ਤੱਕ ਇੱਥੋਂ ਕਦਮ ਚੱਲ ਕੇ ਅੱਗੇ ਦੌੜ ਲਾਉਣੀ ਦੀ ਬਿਲਕੁਲ ਸਾਡੀ ਤਿਆਰੀਆਂ ਪੂਰੀਆਂ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਹੈਗਾ ਵਾ ਕਿਉਂਕਿ ਅਸੀਂ ਪਹਿੰਜਵੇਂ ਮੈਂ ਦੱਸਿਆ ਕਿ 13 ਚਾਹ ਅਸੀਂ ਸਿਰਫ 3 ਪਾਰਲੀਮੈਂਟ ਔਰ 117 ਵਿਧਾਨ ਸਭਾ ਜੋ ਸਿਰਫ 23 ਵਿਧਾਨ ਸਭਾ ਲੜਦੇ ਸੀਗੇ لیکن ਹੁਣ ਅਸੀਂ 117 ਸਾਰੇ ਵਿਧਾਨ ਸਭਾ ਔਰ 13 13 ਲੋਕ ਸਭਾ ਸੀਟਾਂ ਲੜਨ ਜਾ ਰਹੇ ਆ ਸਾਡੀ ਪੂਰੀ ਤਿਆਰੀ ਉਸ ਵਿਸ਼ੇ ਤੇ ਚੱਲ ਰਹੀ ਹੈ ਸਾਡਾ ਹਰ ਥਾਂ ਤੇ ਸੰਗਠਨ ਬੂਥ ਰਚਨਾ ਸਾਰੀ ਜਿਹੜੀ ਗਈ ਹੈ ਅਸੀਂ ਬੜੇ ਜੋਸ਼ ਉਰ ਨਾਲ ਸਾਡੇ ਕਾਰਕਿਰਤਾ ਕੰਮ ਕਰ ਰਹੇ ਨੇ ਔਰ ਅਸੀਂ ਆਉਣ ਵਾਲਾ ਜਿਹੜਾ ਪੁਖ ਹੈ ਪੰਜਾਬ ਦਾ ਪੁਖ ਸਿਰਫ ਔਰ ਕੇਵਲ ਭਾਰਤੀ ਜਨਤਾ ਪਾਰਟੀ ਦਾ ਸੁਰਖਸ਼ਿਤ ਇਹ ਲੁਟੇਰਿਆ ਨੇ ਕੁਝ ਨਹੀਂ ਕਰਨਾ ਝੂਠਫਰੇਪ ਦੀ ਰਾਜਨੀਤੀ ਕਰਨ ਵਾਲਿਆਂ ਨੇ ਕੁਝ ਨਹੀਂ ਕਰਨਾ ਔਰ ਬਾਕੀ ਜਿਹੜਾ ਅਕਾਲੀ ਦਲ ਔਰ ਕਾਂਗਰਸ ਉਹਨੂੰ ਤੁਸੀਂ ਅਜਮਾ ਕੇ ਦੇਖ ਚੁੱਕੇ ਹੋ ਹੁਣ ਇੱਕੋ ਹੀ ਇੱਕ ਉਮੀਦ ਪੰਜਾਬ ਦੀ ਉਮੀਦ ਭਾਰਤੀ ਜਨਤਾ ਬਹੁਤ ਬਧਨਵਾਦ ਸਸਿਕਾ ਸੋ ਨੈਸ਼ਨ ਸਪੋਕਸਪਰਸਨ ਅਨਿਲ ਸ੍ਰੀ ਜੀ ਸਾਡੇ ਨਾਲ ਸੀਗੇ ਚਰਚਾ ਕਰ ਰਹੇ ਸੀਗੇ ਇਸ ਸਲੰਦਰ ਸੀਟ ਨੂੰ ਲੈ ਕੇ ਕੇਵਲ 5 ਸਾਲ ਨਹੀਂ ਮੰਗੇ ਇਹ 9 ਮਹੀਨੇ ਹੀ ਮੰਗੇ ਨੇ ਵੱਡਾ ਚੈਲੰਜ ਉਹਨਾਂ ਨੇ ਕਬੂਲ ਕੀਤਾ ਕਿ ਕੇਵਲ ਆ ਸਾਨੂੰ 9 ਮਹੀਨੇ ਦੇ ਕੇ ਦੇਖੋ ਤਾਂ ਤੁਸੀਂ ਜਿਹੜੇ ਅਗਲੇ ਸਾਲ ਨੇ ਉਹ ਆਪਣੇ ਸਾਡੇ ਨੂੰ ਵੋਟ ਕਰੋਗੇ ਜੇਕਰ ਅਸੀਂ ਕਾਮਯਾਬਿਤ ਨਹੀਂ ਦੇ ਤਾਂ ਫਿਰ ਤੁਸਨੂੰ ਵੋਟ ਨਾ ਹੀ ਕਰਿਓ ਕਿਉਂਕਿ 2024 ਦੀ ਇਲੈਕਸ਼ਨ ਅਹਿਮ ਹੈ ਸੋ ਚੈਲੰਜ ਲੱਤਿਆ ਬੀਜੇਪੀ ਨੇ ਹੁਣ ਦੇਖਣਾ ਹੋਵੇਗਾ ਕਿ ਜਲੰਧਰ ਦੇ ਵੋਟਰ ਨੇ ਜਿਹੜੇ ਉਹ ਕਿੰਨਾ ਕ ਜਿਹੜਾ ਇਸ ਚੈਲੰਜ ਦੇ ਨਾਲ ਜਾ ਕੇ ਬੀਜੇਪੀ ਦੇ ਨਾਲ ਸਪੋਰਟ ਕਰਦੇ ਨੇ ਖੜਦੇ ਨੇ ਤੇ ਬੀਜੇਪੀ ਨੂੰ ਜਿਹੜਾ ਇੱਥੋਂ ਸੀਟ ਚ ਤਾ ਕੇ ਫੇਰ ਇੱਕ ਵਾਰ ਸੈਂਟ ਚ ਭੇਜਦੇ ਨੇ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਆਖਿਆ ਕਿ 900 ਕਰੋੜ ਰੁਪਈਆ ਜਿਹੜਾ ਆਉਂਦਾ ਹੈ ਉਹ ਕਿੱਥੇ ਜਾਂਦਾ ਹੈ ਜਿਹੜਾ ਇੱਥੇ ਜਲੰਧਰ ਚ ਲੱਗਣਾ ਚਾਹੀਦਾ ਸੀ ਕਿਉਂਕਿ ਪਿਛਲਾ ਜਿਹੜਾ ਐਮਪੀ ਸੀਓ ਕਾਂਗਰਸ ਦਾ ਸੀ ਉਸ ਦੀ ਇਨਕੁਆਰੀ ਕਰਨ ਦੀ ਵੀ ਗੱਲ ਆਖੀ ਆ ਤੇ ਹਰ ਇੱਕ ਪੈਸਾ ਜੋ ਇੱਥੇ ਜਲੰਧਰ ਵਾਸੀਆਂ ਲਈ ਲੱਗਣਾ ਹੁਣ ਬਾਰਡਰ ਤੇ ਨਿਰਪਰ ਹੈ ਕਿ ਜਲੰਧਰ ਵਾਸੀ ਕਿਹਨੂੰ ਚੁਣਦੇ ਨੇ ਤੇ ਘਰ ਚੁਣਦੇ ਨੇ 10 ਤਰੀਕ ਨੇੜੇ ਆ ਰਹੀ ਹੈ ਸੋ ਹਰ ਪਾਰਟੀ ਆਪਣਾ ਦਾਵਾ ਲੈ ਕੇ ਆ ਰਹੀ ਹੈ